माड़े विचोले ने यह कुड़ी की जिंदगी बर्बाद की आ। उन्होंने दाज मंगे वह गल बाद दी आ गई, पर पहला यह कुड़ी की जिंदगी बर्बाद की आ विचोले ने। सच क्यों ना दसा गया? मैं कहना वह बुढ़ी भी बराबर की दोषी आ। वह बड़ा ज्यादा रोन लग पे सी। तू रोना पुत, रोना गल दस, रोना बार वो पत्र रोन लग पे सी। कहिंदे मैनू की कुड़ी क्यों हो गई आ, दसो की कसूर आ बई एक कुड़ी। अच्छा मैं थोड़ा होर भी गल दस देना, तो ननान हैगी पुत? हाँ जी, वो बढ़िया गाला कर दी मैं फोन पे। तू जम्मी आ हाडी बोलो नु सोट नहर च सोट जो मर्जी कर, तू जम्मी आ। मैं दीन नु क्या, मैं क्या दीदी कि तुहाडे भरा दी आ, तुसीं इदां क्यों नहीं कहंदे कि मेरे भरा दी कुड़ी आ? कहंदी मैं क्यों कहां, ए तू जम्मी आ। नित नित नवें मामले, नित सच्ची मेरा मन दुखी हुंदा नित इदां दीआं गल्लां सुण के। यार बुढ़ियां की करदियां, बंदा बंदा किथे, बंदा तां बहुत सैड ते रह गया, बुढ़ी बुढ़ी दी एड्डी वड्डी दुश्मन बनी पई आ। सत श्री अकाल जी, तुसीं वेख रहे हो मलूका टीवी। पंजाब दे विच आए दिन आए मामलों ने सच्ची मन निराश किया पिया। एक होर धी आ जिहड़ी एक उजाड़ की जिंदगी ज्यों रही आ। 5 साल विआह नूं हो गए पर पेके घर दे विच बैठी आ मासूम, जिहदी उम्र 5 साल दी हो गई जदों दी आपदे नानके घर आई आ, 9 महीनों की उम्र सीगी। वड्डा दुखांत अज साढ़े पंजाब दा, किते सुनवाई नहीं हो रही धियां दी। पता नहीं किहो जिहा माहौल बन गया, किदां दे साडे रिश्ते नाते बन गए। मैं अज पहुंचिया श्री अमृतसर साहब, उत्थों दी लड़की आ नवीता, इहदा नाम आ। पक्ष सहुरिआं दा भी सुणांगे जे वह पक्ष रखना चाहुंदे आ। जे वह सही आ तां इहनां नूं सज़ा मिल जाए, जे ये सही आ ते उहनां नूं सज़ा मिल जाए। अपनी एक स्पष्ट गल हुंदी आ। ये गुड़िया मेरे नाल खड़ी आ, इहदे नाल मैं गलबात करूँगा ते वीडियो नूं शेयर कर दिओ। पुत रोना नहीं, पहलां तां चुप कर जा, रोना। ਕਿੱਥੇ ਮੈਰਿਜ ਹੋਈ ਸੀਗੀ ਤੇਰੀ? ਸਰ ਤਰਨਤਾਰਨ। ਖਾਸ ਤਰਨਤਾਰਨ ਮਲੀਆ ਪਿੰਡ ਚ। ਮਲੀਆ ਪਿੰਡ, ਹਾਂਜੀ। ਕਿੰਨਾ ਟਾਈਮ ਹੋ ਗਿਆ ਹੁਣ ਤੁਹਾਨੂੰ ਇੱਥੇ ਪੇਕੇ ਘਰ ਬੈਠੀ ਨੂੰ? ਸਰ ਮੈਨੂੰ 5 ਸਾਲ ਹੋ ਗਿਆ। 5 ਸਾਲ ਹੋ ਗਏ। ਸਹੁਰੇ ਪਰਿਵਾਰ ਚ ਕੌਣ ਕੌਣ ਸੀ? ਸੱਸ, ਸਹੁਰਾ ਤੇ ਮੇਰੇ ਹਸਬੈਂਡ ਤੇ ਮੇਰੀ ਨਨਾਨ। ਕੀ ਮਸਲਾ ਕੀ ਹੋਇਆ ਵੀ ਤੈਨੂੰ ਆਪਦੇ ਪੇਕੇ ਘਰ ਆ ਕੇ ਬਹਿਣਾ ਪਿਆ? ਸਰ ਮੇਰੀ 10 ਕੁ ਦਿਨ ਹੋਏ ਸੀ ਮੇਰੀ ਮੈਰਿਜ ਨੂੰ, ਤਾਂ ਮੇਰੇ ਮਤਲਬ ਸਾਸ ਮਦਰ ਇਨ ਲੋ ਤੇ ਫਾਦਰ ਇਨ ਲੋ ਮੈਨੂੰ ਤਾਣੇ ਮੇਨੇ ਮਾਰ ਲੱਗੇ ਵੀ ਤੇਰੇ ਪਾਪਾ ਨੇ ਤੈਨੂੰ ਗੱਡੀ ਨਹੀਂ ਦਿੱਤੀ, ਤੇਰੇ ਪਾਪਾ ਨੇ ਇੰਝ ਵਿਆਹ ਨਹੀਂ ਕੀਤਾ। ਮਤਲਬ ਇਸੇ ਗੱਲਾਂ ਦਾਜ ਦੇ ਕਰਕੇ ਮੇਰਾ ਘਰ ਖਰਾਬ ਹੋਇਆ। ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਮਾਰਨਾ ਕੁੱਟਣਾ ਸ਼ੁਰੂ ਕਰਤਾ। ਫਿਰ ਆਪਾਂ ਬੰਬੇ ਗਏ ਨਨਾਨ ਦੇ ਕੋਲ, ਉੱਥੇ ਜਾ ਕੇ ਵੀ ਇਹਨਾਂ ਨੇ ਮੈਨੂੰ ਸਿਰਫ ਇੱਕ, ਮੇਰੇ ਹਸਬੈਂਡ ਨੇ 2 ਟੀ-ਸ਼ਰਟਾਂ ਲੈ ਕੇ ਦਿੱਤੀਆਂ, ਈਵਨ ਕਿ ਉਹ ਕੱਪੜੇ ਤੱਕ ਕਹਿੰਦੇ ਸੀ ਆਪਣੇ ਪੇਕੇ ਵੀ ਲੈ ਕੇ ਆ, ਸਾਨੂੰ ਤੰਗ ਨਾ ਕਰ। ਫਿਰ ਮੈਂ ਇੱਥੇ ਬੰਬੇ ਗਈ, ਉਸ ਤੋਂ ਬਾਅਦ ਮੇਰੀ ਬੇਟੀ ਹੋਣ ਵਾਲੀ ਹੋ ਗਈ। ਜਦੋਂ ਮੈਂ ਉੱਥੋਂ ਆਈ ਹਾਂ, ਸੱਸ ਮੈਨੂੰ ਕਹਿੰਦੀ ਰਹੀ ਅਬੋਰਸ਼ਨ ਕਰਵਾ ਲਾ, ਮੈਂ ਨਹੀਂ ਕਰਵਾਇਆ ਕਿਉਂਕਿ ਮੈਂ ਇਹ ਗੱਲ ਤੇਰੀ ਸੱਸ ਕਹਿੰਦੀ ਰਹੀ? ਹਾਂਜੀ, ਸੱਸ ਕਹਿੰਦੀ ਰਹੀ, ਕਹਿੰਦੀ ਤੁਸੀਂ ਅਬੋਰਸ਼ਨ ਕਰਵਾ ਲਾ। ਮੈਨੂੰ ਨਰਸ ਕੋਲ ਵੀ ਲੈ ਗਈ, ਪਿੰਡ ਵਾਲੀ ਨਰਸ ਕੋਲ, ਕਹਿੰਦੀ ਅਸੀਂ ਨਹੀਂ ਕਰਨਾ, ਤੁਸੀਂ ਇਹਨੂੰ ਹੋਸਪਿਟਲ ਲੈ ਜਾਓ। ਪਿਛਲੀ ਵਾਰ ਵੀ ਇਹੀ ਮਾਮਲਾ ਸਾਹਮਣੇ ਆਇਆ ਸੀ। ਮੈਂ ਕਹਿੰਦਾ ਵੀ ਬੰਦਾ ਨਹੀਂ, ਬੁੜੀ ਬੁੜੀ ਦੀ ਦੁਸ਼ਮਣ ਬਣੀ ਵੀ। ਅੱਜ ਤੁਸੀਂ ਇਹ ਹਾਲਾਤ ਵੇਖੋ, ਜਦੋਂ ਮੈਰਿਜ ਹੋਈ ਹੈ ਪੁੱਤ ਤੇਰੀ, ਹਾਂਜੀ, ਉਦੋਂ ਕੀ ਜਿਹੜਾ ਵਿਚੋਲਾ ਸੀ ਉਹਨੇ ਤੇਰੇ ਸਹੁਰੇ ਪਰਿਵਾਰ ਨੂੰ ਇਹ ਗੱਲ ਦੱਸੀ, ਜਾਂ ਉਹਨਾਂ ਨੇ ਤੁਹਾਨੂੰ ਡਿਮਾਂਡ ਨਹੀਂ ਆਪਦੀ ਦੱਸੀ ਵੀ ਅਸੀਂ ਗੱਡੀ ਲੈਣਾ, ਮੋਟਰਸਾਈਕਲ ਲੈਣਾ? ਇਹ ਵਿਚੋਲੇ ਨੂੰ ਪਤਾ ਸੀ, ਉਹਨੇ ਸਾਡੇ ਤੋਂ ਝੂਠ ਬੋਲਿਆ, ਉਹਨੇ ਸਾਨੂੰ ਕੋਈ ਸੱਚਾਈ ਨਹੀਂ ਦੱਸੀ। ਜਿਹੜੀ ਉਹਦੀ ਭੈਣ ਆ ਉਹ ਹੁਣ ਕਹਿੰਦੀ ਆ ਕਿ ਮੈਂ ਇਹਨੂੰ ਸਾਰਾ ਕੁਝ ਦੱਸਿਆ ਸੀ, ਮੈਨੂੰ ਨਹੀਂ ਸੀ ਪਤਾ, ਇਹਨੇ ਤੁਹਾਨੂੰ ਦੱਸਿਆ ਹੈ। ਉਹ ਮਤਲਬ ਕੀ ਨਾਮ ਆ ਵਿਚੋਲਣ ਦਾ? ਵਿਚੋਲਣ ਦਾ ਸੰਤੋਸ਼। ਕੋਈ ਰਿਸ਼ਤੇਦਾਰ ਸੀ ਤੁਹਾਡੀ? ਹਾਂਜੀ, ਮੇਰੇ ਪਾਪਾ ਦੀ ਚਾਚਾ ਦੀ ਨੂੰਹ ਆ। ਤੁਹਾਡੇ ਫਾਦਰ ਦੇ ਚਾਚੇ ਦੀ ਨੂੰਹ ਆ? ਸੰਤੋਸ਼। ਸੰਤੋਸ਼ ਤੇ ਮੁੰਡੇ ਵਾਲਿਆਂ ਵੱਲੋਂ ਵਿਚੋਲਾ ਕੌਣ ਸੀ? ਵਿਚੋਲਣ ਹੈਗੀ ਸੀ ਉਹਦੀ ਭੈਣ ਕੀ, ਭੋਲੀ, ਜਿਹੜੀ ਸੰਤੋਸ਼ ਤੇ ਉਹਦੀ ਸਕੀ ਭੈਣ ਸੀ ਭੋਲੀ। ਦੋਨੋਂ ਭੈਣਾਂ ਸਕੀਆਂ ਸੀ, ਇਹ ਮੁੰਡੇ ਵੱਲੋਂ ਸੀ। ਦੋ ਸਕੀਆਂ ਭੈਣਾਂ ਇਸ ਲੜਕੀ ਦੇ ਫਾਦਰ ਦੇ, ਜਿਹੜੇ ਇਹਨਾਂ ਦੇ ਫਾਦਰ ਉਹਦੇ ਚਾਚੇ ਦੀ ਨੂੰਹ ਸੀ ਸੰਤੋਸ਼, ਜਿਹੜੀ ਔਰਤ ਸੀ ਉਹਨੇ ਰਿਸ਼ਤਾ ਕਰਾਇਆ, ਲਕੋ ਰੱਖਿਆ ਮੁੰਡੇ ਵਾਲਿਆਂ ਨੇ ਮੋਟਰਸਾਈਕਲ ਗੱਡੀ ਉਹਨੂੰ ਕਹੀ ਹੋਊ, ਪਰ ਇਹਨਾਂ ਨੂੰ ਨਹੀਂ ਦੱਸਿਆ। ਉਦਾਂ ਹੀ ਵਿਆਹ ਘੋਲ ਮਝੋਲ ਕਰਕੇ ਕਰਤਾ, ਉਹੀ ਗੱਲ ਆ ਗਈ ਨਾ, ਮਾੜੇ ਵਿਚੋਲੇ ਨੇ ਇਹ ਕੁੜੀ ਦੀ ਜ਼ਿੰਦਗੀ ਬਰਬਾਦ ਕੀਤੀ ਆ। ਉਹਨਾਂ ਨੇ ਦਾਜ ਮੰਗਿਆ ਉਹ ਗੱਲ ਬਾਅਦ ਦੀ ਆ ਗਈ, ਪਰ ਪਹਿਲਾਂ ਇਹ ਕੁੜੀ ਦੀ ਜ਼ਿੰਦਗੀ ਬਰਬਾਦ ਕੀਤੀ ਆ ਵਿਚੋਲੇ ਨੇ। ਸੱਚ ਕਿਉਂ ਨਾ ਦੱਸਿਆ ਗਿਆ? ਮੈਂ ਕਹਿੰਦਾ ਉਹ ਬੁੜੀ ਵੀ ਬਰਾਬਰ ਦੀ ਦੋਸ਼ੀ ਆ, ਕਿਉਂਕਿ ਇਹ ਤਾਂ ਦਾਜ ਪਿੱਛੇ ਇਹ ਕੁੜੀ ਦੀ ਜ਼ਿੰਦਗੀ ਤਾਂ ਖਰਾਬ ਕਰਤੀ, ਜ਼ਿੰਮੇਵਾਰ ਕੌਣ ਹੈ ਇਸ ਗੱਲ ਦਾ? ਤੁਸੀਂ ਇਹ ਦੱਸੋ, ਮਦਦ ਜ਼ਰੂਰ, ਮੈਂ ਕਹਿੰਦਾ ਜਿੰਨੇ ਮਸਲੇ ਤੁਹਾਡੇ ਸਾਹਮਣੇ ਲੈ ਕੇ ਆਉਣਾ, ਬਹੁਤ ਸਾਰੇ ਮਸਲੇ ਹੱਲ ਵੀ ਹੋਏ ਆ। ਹਾਂ, ਗਲਤੀ ਨਿਕਲਦੀ ਆ ਕੁੜੀ 'ਚ, ਕੋਈ ਕਸੂਰ ਨਿਕਲਦਾ, ਮੈਂ ਤੁਹਾਨੂੰ ਔਨ ਕੈਮਰਾ ਕਹਿ ਰਿਹਾ, ਇਹ ਗੁੜੀਆ ਵੀ ਖੜੀ ਆ, ਇਹਦੀ ਗਲਤੀ ਨਿਕਲੀ, ਇਹਨੂੰ ਸਜ਼ਾ ਮਿਲੇ, ਕਿਉਂਕਿ ਆਪਾਂ ਤਾਂ ਗੱਲ
हक सच की करनी आ। उस तो बाद फिर हम थोड़ा रौला जो चलिया मियां बीबी च भी यही चलिया अपने दाज नू लेके। हाँ जी हसबैंड भी मैं यही तंग करते भी तेरे प्यो ने मैं बाइक नहीं दिती। मैं क्या हूँ अपना बच्चा होने वाला वा अपना घर वसाइए केंद्र कोई गल नहीं है तू अपने पेके चल जा। उदो मैं हसबैंड भी खुद कहते तू पेके चल जा मैं नहीं जाती ही ना मैं उन्होंने कुछ दस दी ही माँ प्यो न भी मेरे माँ प्यो ने अगे मसा मसा मेरा विह किया वा तो मैं क्यों उन्होंने दख के दुसी दुखी करा इदा ही मतलब इदा ही 9 महीने लंघ के बेच घर साढ़े सस सौंदी रही है मतलब कुड़ी होने तो बाद दोनों मियाँ बीबी अंडरस्टैंडिंग कह नहीं दिता भी एक दूजे को समझ सकन नाल सौंदी रही बेच घर बैड दे सस सोहरा मंजड़ा लादा से बहाना आए थे एसी लगा हुआ कमरे च। देखो जिथे कई बार ना मापे भी इदा दे निकले आ मैं कहना बच्चों की जिंदगी मापे भी खराब करन दे तुल जांदे आ। की मिलिया जिहड़ा तुहाडे घर वाला गा किन्ने टाइम बाद गायब हुंदा जां जदों थोड़ा रौला पिया तुसी कोई थाने कंप्लेट कीती जां कोई पंचायत दे विच कोई गलबात? मैं तुहानू सारी गल दसदी आं जी। उस तो बाद कुड़ी होई कुड़ी होण तो बाद जदों मेरी कुड़ी होस्पिटल दे विच होई आ उत्थे इन्हां ने कहता जी खोदा पहाड़ ते निकली चुई आ मतलब मैनू ताने मिले शुरू करते मैं रोई मैं तो कुड़ी दी शक्ल तक भी नहीं वेखी मतलब सहुरे परिवार दा वेख लिया सी फेस तो ही कि खत्म आ मेरी मेरा मैनू लगदा मेरा घर इत्थे वसना नहीं आ। उस टाइम मैनू आ फील होणा कुड़ी दे जन्म तो बाद दुखी होए उह ਉਹ ਬੜਾ ਜ਼ਿਆਦਾ ਰੋਣ ਲੱਗ ਪਏ ਸੀ। ਤੂੰ ਰੋਣਾ ਪੁੱਤ ਰੋਣਾ ਗੱਲ ਦੱਸ ਰੋਣਾ ਬਾਹਰ ਉਹ ਪੁੱਤ ਰੋਣ ਲੱਗ ਪਏ ਸੀ ਕਹਿੰਦੇ ਮੈਨੂੰ ਕੀ ਕੁੜੀ ਕਿਉਂ ਹੋ ਗਈ ਆ ਦੱਸੋ ਕੀ ਕਸੂਰ ਆ ਬਈ ਇਹ ਕੁੜੀ। ਅੱਛਾ ਮੈਂ ਤੁਹਾਨੂੰ ਹੋਰ ਵੀ ਗੱਲ ਦੱਸ ਦੇਣਾ ਤੁਹਾਡੇ ਨਨਾਣ ਹੈਗੀ ਪੁੱਤ? ਹਾਂਜੀ ਉਹ ਬੜੀਆਂ ਗਾਲਾਂ ਕੱਢਦੀ ਮੈਨੂੰ ਫੋਨ ਤੇ। ਕੀ ਕਹੂੰਗੀ ਯਾਰ ਇਨਸਾਫ ਕੁੜੀ ਨੂੰ ਮਿਲਣਾ ਚਾਹੀਦਾ ਤੁਸੀਂ ਜਿੰਨੇ ਨਾਲ ਖੜੇ ਹੋ। ਮੈਂ ਇਹ ਗੱਲ ਤੂੰ ਜੰਮੀ ਆ ਸਾਡੀ ਵੱਲੋਂ ਇਹਨੂੰ ਸੁੱਟ ਨਹਿਰ 'ਚ ਸੁੱਟ ਜੋ ਮਰਜ਼ੀ ਕਰ ਤੂੰ ਜੰਮੀ ਆ। ਮੈਂ ਦੀਦੀ ਨੂੰ ਕਿਹਾ ਮੈਂ ਕਿਹਾ ਦੀਦੀ ਕਿ ਤੁਹਾਡੇ ਭਰਾ ਦੀ ਆ ਤੁਸੀਂ ਇੱਦਾਂ ਕਿਉਂ ਨਹੀਂ ਕਹਿੰਦੇ ਕਿ ਮੇਰੇ ਭਰਾ ਦੀ ਕੁੜੀ ਆ? ਕਹਿੰਦੀ ਮੈਂ ਕਿਉਂ ਕਹਾਂ ਇਹ ਤੂੰ ਜੰਮੀ ਆ। ਸੱਸ ਸਹੁਰੇ ਨੂੰ ਚਾਹੀਦਾ ਉਹਨਾਂ ਦੇ ਘਰੇ ਵੀ ਕੁੜੀ ਹੈ ਵਿਆਹੀ ਹੈ ਜੇ ਉਹਦੇ ਪਰਿਵਾਰ ਨੂੰ ਤੰਗ ਕਰੇ ਕੋਈ ਦੱਸੋ ਦੱਸੋ ਤੁਸੀਂ ਜੇ ਉਹ ਕੁੜੀ ਨੂੰ ਕੋਈ ਤੰਗ ਕਰੇ ਫਿਰ ਤੁਹਾਡੇ ਤੇ ਕੀ ਬੀਤਦੀ ਹੋਊਗੀ? ਪੁੱਤਰ ਜਦੋਂ ਤੁਹਾਡਾ ਫਿਰ ਰਾਜੀਨਾਮਾ ਹੋਇਆ ਪੰਚਾਇਤ 'ਚ ਹੋਇਆ ਸੀ? ਹਾਂਜੀ ਪੰਚਾਇਤ ਹੋਇਆ ਸੀ। ਤੁਸੀਂ ਆ ਰਾਜੀਨਾਮਾ ਵੀ ਦੇਖ ਸਕਦੇ ਹੋ ਮੈਂ ਤੁਹਾਨੂੰ ਥੋੜ੍ਹਾ ਦਿਖਾ ਦਿਆਂ ਕੈਮਰਾਮੈਨ ਨੂੰ ਕੋਲ ਥੋੜ੍ਹਾ ਨੇੜੇ ਕਰਕੇ ਵਿਖਾ ਦੇ। ਵੈਸੇ ਤਾਂ ਮੈਂ ਤਸਵੀਰਾਂ ਅਖੀਰ 'ਤੇ ਵੀ ਲਾਊਂਗਾ ਅਤੇ ਇਹਦੇ ਪਿਛਲੇ ਪਾਸੇ ਸਾਈਨ ਆ ਸਾਰਿਆਂ ਦੇ ਜਿੰਨੇ ਵੀ ਉੱਥੇ ਮੈਂਬਰ ਸਰਪੰਚ ਜਾਂ ਜੋ ਵੀ ਮੁਹਤਬਰ ਬੰਦੇ ਸਨ ਜੀ। ਅੱਗੇ ਦੱਸੋ ਪੁੱਤ। ਫਿਰ ਕੁੜੀ ਹੋਣ ਤੋਂ ਬਾਅਦ ਇੱਥੇ ਆ ਗਈ ਮਤਲਬ ਇਹਨਾਂ ਨੇ ਮੇਰੀ ਨਾ ਸ਼ਿਲੇ ਦੇ ਦੌਰਾਨ ਹੀ ਮੈਨੂੰ ਕਹਿੰਦੇ ਤੂੰ 4 ਲੱਖ ਰੁਪਏ ਆਪਣੇ ਪਾਪਾ ਕੋਲ ਮੰਗ ਮੇਰੇ ਸੱਸ ਸਹੁਰਾ ਮੇਰੇ ਘਰ ਵਾਲਾ ਅਤੇ ਮੇਰੀ ਨਨਾਣ ਮੈਨੂੰ ਮਤਲਬ ਤੰਗ ਕਰਨ ਲੱਗ ਪਏ ਵੀ ਅਸੀਂ ਮੋਬਾਈਲਾਂ ਦਾ ਸਮਾਨ ਕਿਉਂਕਿ ਦੁਕਾਨ ਇੰਨੀ ਭਰੀ ਨਹੀਂ ਹੈਗੀ ਸੀ ਠੀਕ ਠਾਕ ਸੀ ਕਹਿੰਦੇ ਤੂੰ ਆਪਣੇ ਪਾਪਾ ਕੋਲ ਕਰ ਜਿਹੜੇ ਬੰਦੇ ਨੇ ਆਪੇ ਤੁਸੀਂ ਕਹਿੰਦੇ ਸਾਨੂੰ ਗੱਡੀ ਨਹੀਂ ਦਿੱਤੀ ਉਹ ਤੁਹਾਨੂੰ 4 ਲੱਖ ਰੁਪਏ ਕਿੱਥੋਂ ਦੇ ਦੂਗਾ ਹੈਨਾ 4 ਲੱਖ ਦਾ ਕਹਿੰਦੇ ਸਮਾਨ ਪਾ ਮੈਂ ਨਹੀਂ ਮੈਂ ਕਿਹਾ ਮੰਮੀ ਮੈਂ ਫੋਨ ਕਰਨਾ ਹੀ ਨਹੀਂ ਪਾਪਾ ਨੂੰ ਮੈਂ ਮੈਨੂੰ ਮਾਰ ਦਿਉ ਭਾਵੇਂ ਇੱਥੇ ਮੈਂ ਇੱਥੇ ਮਰੂੰਗੀ। ਚਲੋ ਇਹਨਾਂ ਨੇ ਨਾ ਮੇਰਾ ਗਿੱਚੀ ਗੁੱਚੀ ਮੰਮੀ ਨੇ ਫੜ ਲਈ ਮੇਰੀ ਨਾ ਉਸ ਟਾਈਮ ਮੇਰੇ ਲੋਹੇ ਦੀ ਕੋਈ ਚੀਜ਼ ਵੱਜਣ ਦੇ ਨਾਲ ਬ੍ਰੈਸਟ ਜਿਹੜੀ ਸੀ ਗਿਲਟੀ ਹੋ ਗਈ ਮੈਨੂੰ 4-5 ਮਹੀਨੇ ਮੈਂ ਤੜਫਦੀ ਰਹੀ ਹਾਂ ਦਾਦਾ ਸਹੁਰਾ ਮੇਰੇ ਉੱਥੇ ਰਹਿੰਦੇ ਸੀ ਮੈਨੂੰ ਕਹਿੰਦੇ ਗੋਰੀ ਤੂੰ ਗਰਮੀਆਂ 'ਚ ਵੀ ਧੁੱਪੇ ਲੰਮੇ ਪਈ ਰਹਿੰਦੀ ਹਾਂ ਮੈਂ ਕਿਹਾ ਪਾਪਾ ਜੀ ਮੇਰੇ ਪਤਾ ਨਹੀਂ ਕੀ ਗੱਲ ਮੈਂ ਉਹਨਾਂ ਨੂੰ ਤਾਂ ਦੱਸ ਨਹੀਂ ਸਕਦੀ ਕਿ ਮੇਰੀ ਅੰਦਰਲੀ ਪ੍ਰੋਬਲਮ ਕੀ ਆ ਮੈਂ ਸੱਸ ਨੂੰ ਵੀਡੀਓ ਕੱਢ ਕੱਢ ਕੇ ਵਿਖਾਉਂਦੀ ਸੀ ਮੰਮੀ ਕੈਂਸਰ ਹੋ ਜਾਂਦੀ ਆ ਕਹਿੰਦੇ ਮੈਂ ਕੀ ਕਰਾਂ ਮੇਰੀ ਵੱਲੋਂ ਜੀ ਮੇਰੀ ਵੱਲੋਂ ਮਰ ਜਾਂ ਆਪਣੇ ਪਿਓ ਕੋਲ ਚਲ ਜਾ ਇੱਦਾਂ ਕਹਿੰਦੀ ਸੀ ਮੇਰੀ ਸੱਸ ਮਤਲਬ ਇੱਕ ਲੇਡੀ ਨਾਲ ਹੀ ਗੱਲ ਕਰਦੀ ਆ ਅਤੇ ਉਹ ਮੇਰੀ ਮਾਂ ਤਾਂ ਸੱਸ ਤਾਂ ਬਣ ਨਹੀਂ ਸਕਦੇ ਸੀ ਜੇ ਮਾਂ ਨਹੀਂ ਬਣ ਸਕਦੇ ਸੀ ਤਾਂ ਕੀ ਕਹੂੰਗੀ। ਨਿੱਤ ਨਿੱਤ ਨਵੇਂ ਮਾਮਲੇ ਨਿੱਤ ਸੱਚੀ ਮੇਰਾ ਮਨ ਦੁਖੀ ਹੁੰਦਾ ਨਿੱਤ ਇੱਦਾਂ ਦੀਆਂ ਗੱਲਾਂ ਸੁਣ ਕੇ ਯਾਰ ਬੁੜੀਆਂ ਕੀ ਕਰਦੀਆਂ ਬੰਦਾ ਬੰਦਾ ਕਿੱਥੇ ਬੰਦਾ ਤਾਂ ਬਹੁਤ ਸਾਈਡ ਤੇ ਰਹਿ ਗਿਆ ਬੁੜੀ ਬੁੜੀ ਦੀ ਐਡੀ ਵੱਡੀ ਦੁਸ਼ਮਣ ਬਣੀ ਪਈ ਆ ਫਿਰ ਰਾਜੀਨਾਮੇ ਤੋਂ ਬਾਅਦ ਤੁਹਾਡੇ ਘਰ ਵਾਲਾ ਲੈਣ ਨਹੀਂ ਆਇਆ? ਨਹੀਂ ਫਿਰ ਮੈਂ ਛਾਤੀ ਦਾ ਮੇਰੇ ਪਾਪਾ ਹੋਣੀ ਮੈਨੂੰ ਮਾਰ ਕੇ ਕੋਟੇ ਕੱਢਤਾ ਦਾਦੇ ਸਹੁਰੇ ਨੇ 5 ਤਰੀਕ ਨੂੰ ਫੋਨ ਕੀਤਾ 5 ਅਪ੍ਰੈਲ 2019 ਦੇ ਵਿੱਚ ਮੇਰੇ ਦਾਦੇ ਨੇ ਫੋਨ ਕੀਤਾ ਸਹੁਰੇ ਨੇ ਕਿ ਮੈਂ ਆਪਣੇ ਪਾਪਾ ਨਾਲ ਮੇਰੀ ਗੱਲ ਕਰਾ ਮੈਂ ਮੰਮੀ ਨਾਲ ਗੱਲ ਕਰਾਈ ਦਾਦੇ ਦੀ ਕਹਿੰਦੇ ਤੁਹਾਡੀ ਕੁੜੀ ਨੇ ਇਹਨਾਂ ਨੇ ਮਾਰ ਦੇਣਾ ਆਪਣੀ ਕੁੜੀ ਨੂੰ ਇੱਥੋਂ ਲੈ ਜਾਓ ਮੇਰੀ ਮੰਮੀ ਆਏ ਇਕੱਲੇ ਮੰਮੀ ਆਏ ਬੱਸ ਤੇ ਉੱਥੋਂ ਚੜ੍ਹ ਕੇ ਮੰਮੀ ਆ ਗਏ ਤੇ ਮੰਮੀ ਮੈਨੂੰ ਕਹਿੰਦੇ ਕੀ ਗੱਲਬਾਤ ਹੋਈ ਤੂੰ ਸਾਨੂੰ ਕਿਉਂ ਨਹੀਂ ਦੱਸਿਆ ਵੀ ਤੇਰੇ ਆਹ ਪ੍ਰੋਬਲਮ ਮੈਂ ਇਹਨਾਂ ਨੂੰ ਵੀ ਨਹੀਂ ਦੱਸਿਆ ਕਿ ਮੇਰੇ ਛਾਤੀ 'ਤੇ ਇੱਦਾਂ ਗੱਲਬਾਤ ਹੋਈ ਘਰ ਵੱਸ ਜੇ ਬਸ ਹਾਂ ਮੇਰਾ ਘਰ ਵੱਸ ਜਾਵੇ ਅੱਗੋਂ ਨਾ ਮੰਮੀ ਮੈਨੂੰ ਲੈ ਆਈ ਮੰਮੀ ਕਹਿੰਦੇ ਕੀ ਗੱਲ ਹੋਈ ਭੈਣ ਜੀ ਉਦੋਂ ਵੀ ਇਹਨਾਂ ਨੇ ਮਾਰ ਕੁੱਟ ਕੇ ਕਹਿੰਦੀ ਲੈ ਜਾ ਆਪਣੀ ਕੁੜੀ ਅਸੀਂ ਨਹੀਂ ਰੱਖਣੀ ਮੇਰੀ ਮਾਂ ਨੂੰ ਕਹਿੰਦੀ ਆਪਾਂ ਚਲੋ ਮਾਰ ਕੁੱਟ ਕੇ ਕੱਢਤਾ ਮੇਰੀ ਮੰਮੀ ਹੋਣੀ ਮੈਨੂੰ ਇੱਥੇ ਲੈ ਕੇ ਇੱਥੇ ਆ ਗਏ 6 ਤਰੀਕ ਨੂੰ ਅਸੀਂ ਮਾਤਾ ਕੋਲਾ ਦੇ ਹੋਸਪਿਟਲ ਦਿਖਾਇਆ ਉਹਨਾਂ ਨੇ ਕਿਹਾ ਇਹ ਸਾਡੇ ਵੱਸ ਦਾ ਇਲਾਜ ਨਹੀਂ ਹੈਗਾ ਤੁਸੀਂ ਇਮੀਡੀਏਟਲੀ ਇਹਨੂੰ ਹੋਸਪਿਟਲ ਦਾ ਕਰਵਾਓ ਟ੍ਰੀਟਮੈਂਟ ਨਹੀਂ ਤਾਂ ਕੁੜੀ ਤੁਹਾਡੀ ਨੇ ਖਤਮ ਹੋ ਜਾਣਾ ਉਹਨਾਂ ਨੇ ਚੈੱਕ ਕੀਤਾ ਮੇਰਾ ਸਾਰਾ ਅਸੀਂ ਪਾਪਾ ਨੇ ਫਿਰ ਮੈਨੂੰ ਸੰਜੀਵਨ ਹੋਸਪਿਟਲ ਦੇ ਵਿੱਚ ਐਡਮਿਟ ਕਰਾਇਆ ਉਹ ਈਵਨ ਕਿ ਉੱਥੋਂ ਦੇ ਡਾਕਟਰ ਨੇ ਵੀ ਕਿਹਾ ਸੀ ਤੁਸੀਂ FIR ਕਿਉਂ ਨਹੀਂ ਕਰਾਉਂਦੇ ਮੈਂ ਪਾਪਾ ਨੂੰ ਕਿਹਾ ਨਹੀਂ ਕਰਾਉਣੀ ਮੈਂ ਆਪਣਾ ਘਰ ਵਸਾਉਣਾ ਵਾਂ ਇਹ ਉੱਥੇ ਵੀ ਨਹੀਂ ਆਏ ਮੈਂ ਸੋ ਪਾਪਾ ਉਹਨੂੰ ਆਪਣੇ ਹਸਬੈਂਡ ਨੂੰ ਫੋਨ ਕਰਦੀ ਸੀ ਅਤੇ ਅੱਗੋਂ ਪਤਾ ਕੀ ਕਹਿੰਦੇ ਸੀ ਸਹੁਰਾ ਸਾਹਿਬ ਆਪ ਮੇਰੇ ਪਾਪਾ ਨੂੰ ਫੋਨ ਕਰਕੇ ਕਹਿੰਦੇ ਆਪਣੀ ਕੁੜੀ ਨੂੰ ਸਮਝਾ ਲਾ ਜੇ ਮੇਰੇ ਪੁੱਤ ਨੂੰ ਫੋਨ ਆਇਆ ਨਾ ਤਾਂ ਇੱਥੇ ਮੈਂ ਤੇਰੀ ਧੀ ਨੂੰ ਆਣ ਕੇ ਚਾਰ ਚਪੇੜਾ ਮੂੰਹ 'ਤੇ ਛੱਡੂੰਗਾ ਮੇਰੇ ਕੋਲ ਰਿਕਾਰਡਿੰਗ ਹੈਗੀ ਪਾਪਾ ਦੀ। ਇੱਕ ਗੱਲ ਹੋਰ ਦੱਸਦਾ
ਇਹ ਸ਼ਬਦ ਕੁੜੀ ਨੇ ਵਰਤੇ ਵੀ ਸਹੁਰਾ ਸਾਹਿਬ ਇਹਨਾਂ ਦੇ ਫਾਦਰ ਨੂੰ ਕਹਿੰਦਾ ਮੇਰੇ ਲੜਕੇ ਨੂੰ ਫੋਨ ਨਾ ਕਰੇ ਹਾਲਾਂਕਿ ਇਹ ਕੁੜੀ ਵਿਆਹੀ ਆ ਆਪਦੇ ਘਰ ਵਾਲੇ ਨੂੰ ਫੋਨ ਕਰਨ ਤੋਂ ਸਹੁਰਾ ਸਾਹਿਬ ਰੋਕਦੇ ਆ ਇਹਨਾਂ ਨੇ ਮੈਨੂੰ ਇੰਟਰਵਿਊ ਦਿਖਾਈ ਆ ਬਾਸੀ ਦੇ ਨਾਲ ਕੀਤੀ ਸੀ ਜਿਹੜੇ ਤੁਹਾਨੂੰ ਪਤਾ ਸੀਨੀਅਰ ਪੱਤਰਕਾਰ ਆ ਹਨਾ ਉੱਥੇ ਉਹ ਕਹਿ ਰਹੇ ਆ ਕਿ ਅਸੀਂ ਆਪਦਾ ਲੜਕਾ ਬੇਦਖਲ ਕੀਤਾ ਹਾਂਜੀ ਬੇਦਖਲ ਕੀਤਾ ਇੱਕ ਪਾਸੇ ਕਹਿ ਰਹੇ ਵੀ ਸਾਡੇ ਲੜਕੇ ਨੂੰ ਫੋਨ ਨਾ ਕਰੋ ਪੁੱਤੇ ਫਿਰ ਤੁਹਾਡੇ ਘਰ ਵਾਲਾ ਜਿਹੜਾ ਹਾਂਜੀ ਇਹ ਗਵਾਚ ਦਾ ਕਦੋਂ ਇਹ ਮਾਮਲਾ ਕਿਵੇਂ ਬਣਿਆ ਵੀ ਇਹ ਗਵਾਚ ਗਿਆ ਸਾਰੀ ਗੱਲ ਦੱਸਣ ਲੱਗੀ ਆ ਉਸ ਤੋਂ ਬਾਅਦ ਨਾ ਇਹ ਇਦਾਂ ਹੀ ਮੇਰਾ ਆਪਰੇਸ਼ਨ ਹੋ ਗਿਆ ਮੈਂ ਇੱਥੇ ਆ ਗਈ ਪੇਕੇ ਘਰ ਮੈਨੂੰ ਲੈਣ ਨਹੀਂ ਆਇਆ ਮੈਂ ਆਪਣੇ ਘਰ ਵਾਲੇ ਨੂੰ ਫੋਨ ਕਰਦੀ ਸੀ ਕਹਿੰਦਾ ਤੂੰ ਰਹਿ ਉੱਥੇ ਗੋਰੀ 6 ਮਹੀਨੇ ਹਜੇ ਕੋਈ ਗੱਲ ਨਹੀਂ ਮੈਂ ਤੈਨੂੰ ਲੈਣ ਆਵਾਂਗਾ ਇਦਾਂ ਹੀ ਕਰਦਾ ਨਾ ਮੈਂ ਰੈੱਡ ਕ੍ਰੋਸ ਸੰਸਥਾ ਥਾਣੇ ਵੀ ਨਹੀਂ ਗਈ ਮੈਂ ਕਿਹਾ ਨਹੀਂ ਥਾਣੇ ਨਾਲ ਥਾਣੇ ਜਾਈਏ ਤੇ ਘਰ ਬਰਬਾਦ ਹੋ ਜਾਂਦੇ ਆ ਵਸਦੇ ਨਹੀਂ ਹੁੰਦੇ ਰੈੱਡ ਕ੍ਰੋਸ ਸਾਨੂੰ ਕਿਸੇ ਨੇ ਕਿਹਾ ਤੇ ਉੱਥੇ ਚਲ ਜੂ ਸੰਸਥਾ ਤੇ ਰੈੱਡ ਕ੍ਰੋਸ ਸੰਸਥਾ ਤੇ ਗਈ ਉਹ ਇੱਥੇ ਲੈ ਮੈਨੂੰ ਸੱਸੋਰਾ ਦੋਨੋਂ ਵਾਰੀ ਆਉਂਦੇ ਰਹੇ ਦੋ ਤਰੀਕਾਂ ਪਈਆਂ ਦੋਨੋਂ ਵਾਰੀ ਆਉਂਦੇ ਰਹੇ ਮੁੰਡਾ ਲੈ ਕੇ ਨਹੀਂ ਉਹ ਕਹਿੰਦੇ ਮੈਡਮ ਕਹਿੰਦੇ ਤੁਸੀਂ ਮੁੰਡਾ ਕਿਉਂ ਨਹੀਂ ਲੈ ਕੇ ਆਉਂਦੇ ਕਹਿੰਦੇ ਸਾਡਾ ਮੁੰਡਾ ਦਿੱਲੀ ਗਿਆ ਹੋਇਆ ਇਦਾਂ ਮਤਲਬ ਸੱਸੋਰੇ ਦਾ ਬਹਾਨਾ ਇਹ ਸੀ ਇਹਨੂੰ ਲੈ ਕੇ ਨਾ ਜਾਈਏ ਤੇ ਬਾਅਦ ਚ ਉਹਨਾਂ ਨੇ ਫਿਰ ਤੀਜੀ ਤਰੀਕ ਨੂੰ ਬੁਲਾਇਆ ਕਹਿੰਦੇ ਤੁਸੀਂ ਨਹੀਂ ਨਾ ਲੈ ਕੇ ਆਓਗੇ ਅਸੀਂ ਠੋਸ ਕਾਰਵਾਈ ਤੁਹਾਡੇ ਤੇ ਕਰਾਂਗੇ ਮਤਲਬ ਡਰਾਵਾ ਦਿੱਤਾ ਇਹਨਾਂ ਨੂੰ ਇਹ ਚਲੋ ਲੈ ਆਏ ਮੁੰਡੇ ਨੂੰ ਉੱਥੇ ਮੁੰਡੇ ਦੀ ਮੇਰੇ ਕੋਲ ਰਿਕਾਰਡਿੰਗ ਹੈਗੀ ਆ ਮਤਲਬ ਵੀਡੀਓ ਪਾਪਾ ਨੇ ਬਣਾਈ ਸੀ ਉਸ ਟਾਈਮ ਸੋਹਰੇ ਨੇ ਕੀ ਕੀਤਾ ਜਿਹੜੀ ਲਿਖਤ ਪੜਤ ਹੋਈ ਸੀ ਨਾ ਉੱਥੇ ਮੈਡਮ ਦੀ ਪਾੜਤੀ ਅੱਛਾ ਖੜੇ ਪੈਰ ਹੀ ਸਾਰਾ ਕੁਝ ਪਾੜਤਾ ਜੋ ਉੱਥੇ ਸਾਈਨ ਕਰਨਾ ਕਹਿੰਦਾ ਅਸੀਂ ਸਾਈਨ ਕਰਕੇ ਉਹ ਕਹਿੰਦੇ ਸਾਈਨ ਕਰੋ ਜੇ ਕੱਲ ਨੂੰ ਕੁੜੀ ਨੂੰ ਕੁਝ ਹੋਵੇ ਤੁਸੀਂ ਜ਼ਿੰਮੇਵਾਰ ਹੋਵੋਗੇ ਨਹੀਂ ਕੀਤੇ ਉਹਨਾਂ ਨੇ ਮੈਨੂੰ ਜ਼ਬਰਦਸਤੀ ਮੈਂ ਕਿਹਾ ਮੈਡਮ ਮੈਨੂੰ ਭੇਜ ਦਿਓ ਮੈਡਮ ਨੇ ਮੈਨੂੰ ਭੇਜਤਾ ਕਹਿੰਦੇ ਤੂੰ ਕਾਰ 'ਚ ਬਹਿ ਬੱਚਾ ਚੁੱਕ ਮੈਂ ਕਾਰ 'ਚ ਬੈਠ ਗਈ ਉਸ ਤੋਂ ਕੀ ਹੋਇਆ 10 ਦਿਨਾਂ ਦੇ ਵਿੱਚ ਇਹਨਾਂ ਨੇ ਪਤਾ ਨਹੀਂ ਕੀ ਖਿਚੜੀ ਪਕਾਈ ਮੇਰੇ ਘਰ ਵਾਲੇ ਨੂੰ ਮੇਰੀ ਨਨਾਣ ਕੋ ਬੰਬੇ ਭੇਜਤਾ ਕੱਲੇ ਨੂੰ ਮੈਂ ਕਿਹਾ ਮੰਮੀ ਕੀ ਗੱਲ ਹੋਈ ਕਿਉਂ ਇਹ ਗਏ ਨੇ ਕਹਿੰਦੀ ਤੂੰ ਕੀ ਲੈਣਾ ਤੂੰ ਆਪਣਾ ਕਿਰਾਏ ਤੇ ਆਪਣਾ ਕਮਰਾ ਵੇਖ ਤੇ ਕਿਰਾਏ ਤੇ ਰਹਿ ਅਸੀਂ ਤੈਨੂੰ ਉੱਥੇ ਨਹੀਂ ਰੱਖਣਾ ਤੇ ਮੈਂ ਇਹੀ ਗੱਲ ਆਪਣੇ ਹਸਬੈਂਡ ਨੂੰ ਫੋਨ ਕਰਕੇ ਦੱਸੀ ਬੰਬੇ ਉਹ ਕਹਿੰਦਾ ਮੈਨੂੰ ਨਾ ਕਹਿ ਕੁਛ ਵੀ ਤੇ ਤੂੰ ਜਾਣਾ ਤੇ ਮੰਮੀ ਜਾਣੇ ਉੱਥੇ ਨਾਮ ਨਾਲ ਡੱਡੂਆਂ ਨਾਲ ਖੇਡਦਾ ਸੀ ਵੀਡੀਓ ਹੈਗੀ ਮੇਰੇ ਕੋ ਡੱਡੂਆਂ ਨਾਲ ਖੇਡਦਾ ਦੱਸੋ ਜੇ ਕੋਈ ਕੰਮ ਗਿਆ ਕਿਉਂ ਗਿਆ ਉੱਥੇ ਉਸ ਤੋਂ ਬਾਅਦ ਆਉਂਦਾ ਵਾ ਬੰਬੇ ਤੋਂ ਭੈਣ ਛੱਡਣ ਆਉਂਦੀ ਆ ਇਹ ਗੱਲ ਹੈਗੀ ਆ ਜੁਲਾਈ ਦੇ ਮਹੀਨੇ ਦੀ 22 ਜੁਲਾਈ ਦੀ ਗੱਲ ਆ ਭੈਣ ਛੱਡਣ ਆਉਂਦੀ ਆ 8 ਦਿਨ ਭੈਣ ਰਹੀ ਆ ਮੈਨੂੰ ਨਹੀਂ ਪਤਾ ਕਮਰਾ ਬੰਦ ਕਰਕੇ ਦੋਨੋਂ ਜਾਣੇ ਤੇ ਸਾਰਾ ਫੈਮਿਲੀ ਇਕੱਠੀ ਹੋ ਕੇ ਗੱਲਬਾਤ ਕਰਦੇ ਰਹੇ ਆ ਕੀ ਗੱਲ ਕਰਦੇ ਰਹੇ ਕੁਛ ਨਹੀਂ ਮੈਂ ਭੈਣ ਦੀ ਰਿਕਾਰਡਿੰਗ ਸੁਣੀ ਆ ਉਹਦੇ ਵਿੱਚ ਭੈਣ ਕਹਿ ਰਹੀ ਆ ਮਤਲਬ ਮੇਰੇ ਹਸਬੈਂਡ ਨਾਲ ਗੱਲ ਕਰਕੇ ਹਸਬੈਂਡ ਦੇ ਫੋਨ 'ਚ ਰਿਕਾਰਡਿੰਗ ਲੱਗੀ ਹੋਈ ਸੀ ਭੈਣ ਕਹਿ ਰਹੀ ਮੈਂ ਤੇਰਾ ਵਿਆਹ ਚੰਗੇ ਘਰ ਕਰੂੰਗੀ ਤੂੰ ਇਹਨੂੰ ਹੋ ਜਾਂਦਾ ਖੇੜਾ ਇਹਦੇ ਨਾਲ ਖੇੜਾ ਛੁਡਵਾ ਲਾ ਡੋਲੀ ਉਹਦਾ ਨਾਮ ਆ ਪੈਣੇ ਦੀ ਦਾ ਹਾਂ ਖੇੜਾ ਛੁਡਵਾਲਾ ਮੈਂ ਆਪਣੇ ਹਸਬੈਂਡ ਇਸੇ ਗੱਲੋਂ ਲੈ ਕੇ ਮੈਂ ਕਿਹਾ ਇਹ ਤੁਹਾਡੀ ਕੀ ਕਹਿ ਰਹੇ ਜੇ ਤੂੰ ਮੈਨੂੰ ਨਹੀਂ ਛੱਡਣਾ ਹੀ ਸੀ ਤੇ ਮੇਰਾ ਵਿਆਹ ਹੀ ਕਿਉਂ ਕਰਾਇਆ ਮੇਰੀ ਰਹੁਣ ਆਪਣਾ ਬੱਚਾ ਆਪਾਂ ਆਪਣਾ ਘਰ ਵਸਾਈਏ ਕਹਿੰਦਾ ਮੈਨੂੰ ਨਹੀਂ ਪਤਾ ਹੈਗਾ ਤੂੰ ਆਪਣੇ ਪੇਕੇ ਜਾ ਮੈਂ ਤੈਨੂੰ ਰੱਖਣਾ ਮੇਰੇ ਕੋਲ ਰੋਜ਼ ਉਹਦੇ ਸਿਰ 'ਤੇ ਨਹੀਂ ਲਿੱਤੀ ਜਾਂਦੀ ਮਤਲਬ ਕੰਮ ਤੇ ਕੋਈ ਕਰਦਾ ਨਹੀਂ ਸੀ ਮਾਂ ਪਿਓ ਦੇ ਡਿਪੈਂਡੈਂਟ ਸੀ ਬਸ ਗੱਲ ਮੇਨ ਆ ਸੀ ਉਸ ਤੋਂ ਬਾਅਦ ਕੀ ਹੋਇਆ ਫਿਰ ਨਾ 2 ਅਗਸਤ ਨੂੰ ਮੈਨੂੰ ਉਹਨਾਂ ਨੇ ਰਾਤ ਨੂੰ ਇੰਨਾ ਕੁ ਮਾਰਿਆ ਕੁੱਟਿਆ ਨਾ ਵੀ ਤੂੰ ਨਿਕਲ ਜਾ ਕਿਰਾਏ ਤੇ ਭੇਜਦੇ ਪਏ ਸੀ ਮੈਂ ਕਿਹਾ ਮੈਂ ਕਿਰਾਏ ਤੇ ਮੰਮੀ ਮੈਂ ਇਕੱਲੀ ਕਿਵੇਂ ਚੱਲ ਜਾਂ ਜਦੋਂ ਤੁਹਾਡਾ ਮੁੰਡਾ ਹੀ ਕੁਛ ਕਹੂਗਾ ਨਾ ਉਹ ਕਮਾਉਂਦਾ ਨਾ ਕੁਛ ਕਰਦਾ ਵਾ ਤੇ ਮੈਂ ਇਕੱਲੀ ਕਿਵੇਂ ਚੱਲ ਜਾਂ ਕਿਰਾਏ ਤੇ ਕਹਿੰਦੇ ਮੈਨੂੰ ਨਹੀਂ ਪਤਾ ਤੂੰ ਰਾਤੋਂ ਰਾਤ ਸਮਾਨ ਚੁੱਕ ਆਪਣਾ ਕਿਰਾਏ ਤੇ ਜਾ ਬੜਾ ਇਹਨਾਂ ਨੇ ਮੈਨੂੰ ਮੇਰੀ ਸੱਸ ਨੇ ਮੇਰੇ ਵਾਲ ਕੁੱਟੇ ਸਿਰ ਭੰਨਿਆ ਮੇਰਾ ਲੋਹੇ ਵਾਲੇ ਗੇੜਨਾ ਜਿਸ ਤੋਂ ਬਾਅਦ ਮੈਡੀਕਲ ਹੋਇਆ ਮੇਰਾ ਉਸ ਤੋਂ ਬਾਅਦ ਪਾਪਾ ਨੂੰ ਨਾ 3 ਤਰੀਕ ਨੂੰ ਮੇਰੇ ਹਸਬੈਂਡ ਨੇ ਫੋਨ ਕਰਕੇ ਬੁਲਾ ਲਿਆ ਸੱਸ ਵੀ ਕੋਲ ਹੀ ਸੀ ਕਹਿੰਦੇ ਮੈਂ ਤੇ ਪਾਪਾ ਨੂੰ ਦੱਸਿਆ ਹੀ ਨਹੀਂ ਸੀ ਕੁਛ ਕਹਿੰਦੇ ਤੁਸੀਂ ਆ ਜਾਓ ਆਪਣੀ ਕੁੜੀ ਵੀ ਲੈ ਜਾਓ ਛੋਟਾ ਹਾਥੀ ਕਰ ਰਹੇ ਹੋ ਤੇ ਆਪਣੀ ਕੁੜੀ ਦਾ ਜਿਹੜਾ ਦਾਜ ਦਾ ਸਮਾਨ ਦਿੱਤਾ ਲੈ ਜਾਓ ਅਸੀਂ ਨਹੀਂ ਰੱਖਣੀ ਹੈਗੀ ਪਾਪਾ ਫੇਰ ਵੀ ਨਹੀਂ ਆਏ ਫਿਰ ਦੂਜੀ ਵਾਰੀ ਸੱਸ ਨੇ ਫੋਨ ਕੀਤਾ 3 ਵਜੇ 3 ਅਗਸਤ 2019 ਦੀ ਗੱਲ ਆ ਪਾਪਾ ਨੂੰ ਕਹਿੰਦੀ ਲੈ ਜਾਓ ਆਪਣੇ ਪਾਪਾ ਘਬਰਾ ਗਏ ਆ ਗਏ ਮੇਰੇ ਪਾਪਾ ਆਏ ਦਾਦੂ ਆਏ ਸੀ ਮੇਰੇ ਮੰਮੀ ਆਏ ਨਾਲ ਤੇ ਮੇਰਾ ਭਰਾ ਆਇਆ ਚਾਰੋ ਜਾਣੇ ਆਏ ਪਾਪਾ ਨੇ ਹੱਥ ਜੋੜ ਕੇ ਚਲੋ ਸਾਰਾ ਕੁਝ ਸਹੀ ਕਰ ਲਿਆ ਉੱਥੋਂ ਤੇ ਪਿੰਡ ਦੇ 2 ਬੰਦੇ ਲਿੱਤੇ ਨਾਲ ਉਹ ਵੀ ਨਾਲ ਆਏ ਪਾਪਾ ਕਹਿੰਦੇ ਚਲੋ ਆਪਾਂ ਬੱਚਾ ਹੈਗਾ ਆਪਣਾ ਘਰ ਵਸਾਉਣਾ ਵਾ ਤੁਸੀਂ ਇੱਥੇ ਇਸ ਇਹੀ ਘਰ ਵੇਖ ਕੇ ਤੇ ਅਸੀਂ ਵਿਆਹ ਕੀਤਾ ਵਾ ਤੇ ਹੁਣ ਤੁਸੀਂ ਕਿਰਾਏ ਤੇ ਭੇਜਦੇ ਪਏ ਹੋ ਪਾਪਾ ਨੇ ਆਹ ਗੱਲ ਜ਼ਰੂਰ ਕੀਤੀ ਚਲੋ ਘਰ ਵਾਲੇ ਨੇ ਮਾਫੀ ਮੰਗ ਲਈ ਮੈਂ ਅੱਗੇ ਤੋਂ ਹੱਥ ਨਹੀਂ ਚੁੱਕਦਾ ਸੱਸ ਦਾ ਮੂੰਹ ਬਣਿਆ ਹੀ ਰਿਹਾ ਉਹ ਕਹਿੰਦੀ ਵੀ ਬਸ ਨਿਕਲ ਜਾਵੇ ਇਹ ਨਾਲ ਦੇ ਕਮਰੇ 'ਚ ਵੜੀ ਪਾਪਾ ਹੁਣੀ ਨਿਕਲ ਗਏ ਚਲੋ ਸਾਰਾ ਕੁਝ ਹੋ ਗਿਆ ਮੇਰੇ ਘਰ ਵਾਲੇ ਨੇ ਮਾਫੀ ਵੀ ਮੰਗ ਲਈ ਜਾਂ ਕਿੱਦਾਂ ਵੀ ਉਹਨੇ ਮਾਫੀ ਮੰਗ ਲਈ ਸੀ ਉਸ ਟਾਈਮ ਕਿ ਕੋਈ ਗੱਲ ਨਹੀਂ ਪਾਪਾ ਗਾਂ ਤੋਂ ਨਹੀਂ ਹੁੰਦਾ ਮੈਂ ਹੱਥ ਨਹੀਂ ਚੁੱਕੂੰਗਾ ਇੰਨੀ ਗੱਲ ਕਹੀ ਕਿਉਂਕਿ ਪਿੰਡ ਦੇ ਬੰਦੇ ਸੀ ਉਹਨੇ ਚੰਗਾ ਤੇ ਬੰਨਾ ਹੀ ਸੀ ਮਾਰਿਆ ਕੁੱਟਿਆ ਵਾਧੂ ਸੀ ਉਹਨਾਂ ਨੇ ਉਹਨੂੰ ਕਿਹਾ ਕਿ ਤੂੰ ਜਿੱਦਾਂ ਮਾਰਿਆ ਨਾ ਤੇ ਤੇਰੇ ਤੇ ਪਰਚਾ ਹੋਇਆ ਨਾ ਉਹਨਾਂ ਪਿੰਡ ਵਾਲੇ ਬੰਦਿਆਂ ਨੇ ਉਹਨੂੰ ਕਿਹਾ ਮੇਰੇ ਹਸਬੈਂਡ ਨੂੰ ਤੇ ਮੇਰੇ ਸੱਸ ਸਹੁਰੇ ਨੂੰ ਚਲੋ ਉਸ ਟਾਈਮ ਗੱਲ ਇਹਨਾਂ ਨੇ ਉਹਨਾਂ ਦੇ ਕਹਿਣ ਤੇ ਜਿੱਦਾਂ ਵੀ ਕਰ ਲਈ ਸੱਸ ਨਾਲ ਦੇ ਕਮਰੇ 'ਚ ਵੜ ਗਈ ਮੇਰੇ ਪਾਪਾ ਮੰਮੀ ਤੇ ਸਾਰੇ ਜਾਣੇ ਵਾਪਸ ਚਲੇ ਗਏ ਮੈਨੂੰ ਕਹਿੰਦੇ ਪੁੱਤ ਤੂੰ ਰੱਖੜੀ ਤੇ ਆਈ ਅਗਸਤ ਦੇ ਮਹੀਨੇ ਰੱਖੜੀ ਸੀ ਮੈਨੂੰ ਕਹਿੰਦੇ ਤੂੰ ਰੱਖੜੀ ਤੇ ਆਈ 15 ਅਗਸਤ ਨੂੰ ਰੱਖੜੀ ਸੀ ਤੇ ਇਹ ਗੱਲ ਹੈਗੀ 3 ਅਗਸਤ 2019 'ਚ ਮੈਨੂੰ ਕਹਿੰਦੇ ਰੱਖੜੀ 'ਚ ਮੈਂ ਕਿਹਾ ਠੀਕ ਆ ਪਾਪਾ ਰੱਖੜੀ ਤੇ ਆਊਂਗਾ ਬਾਹਰ ਬੂਹੇ ਤੇ ਖੋ ਕੇ ਗੱਲ ਕਰਦੀ ਪਈ ਉਹਨੀ 'ਚ ਉਹ ਚਲੇ ਗਏ ਆ ਮੈਂ ਆਪਣੇ ਕਿਚਨ
ਪਾਪਾ ਕਹਿੰਦੇ ਤੈਨੂੰ ਕੀ ਹੋਇਆ, ਮੈਂ ਕਿਹਾ ਇੱਦਾਂ ਗੱਲ ਹੋ ਗਈ, ਕਹਿੰਦੇ ਤੂੰ ਥਾਣੇ ਪਹੁੰਚ ਜਾ ਪਾਨੇ ਆ। ਮੈਂ ਇੱਥੇ ਥਾਣਾ ਬੀ ਡਿਵੀਜ਼ਨ 'ਚ ਆ ਗਈ, ਮੈਡਮ ਨੇ ਮੇਰਾ ਉੱਥੋਂ ਮੈਡੀਕਲ ਕਰਵਾਇਆ, ਸਿਵਲ ਹੋਸਪਿਟਲ ਦੇ ਵਿੱਚ ਸੱਟਾਂ ਸੁੱਟਾਂ ਵਾਹਵਾ ਲੱਗੀਆਂ ਸੀ। ਉਹ ਤੋਂ ਬਾਅਦ ਉਹ ਆ ਗਈ, ਹਨੇਰਾ ਪੈ ਗਿਆ, 6 ਵਜੇ ਦਾ ਟਾਈਮ ਸੀ, ਆ ਗਈ ਅਤੇ ਉਹਨਾਂ ਨੇ ਇਹਨਾਂ ਨੂੰ ਫੋਨ ਕੀਤਾ, ਸੋਮਵਾਰ ਦਾ ਟਾਈਮ ਦਿੱਤਾ, 5 ਤਰੀਕ ਦਾ, 5 ਅਗਸਤ ਦਾ ਟਾਈਮ ਦਿੱਤਾ ਵੀ ਤੁਸੀਂ ਇੱਥੇ ਆਓ, ਤੁਹਾਡਾ ਰਾਜ਼ੀਨਾਮਾ ਕਰਾਉਣਾ ਵਾ। ਸੱਸ ਸਹੁਰੇ ਨਹੀਂ ਆਏ, ਇਹਨਾਂ ਨੇ ਉੱਥੇ ਨਾ ਝੂਠੀ ਕੰਪਲੇਂਟ ਲਿਖਵਾ ਦਿੱਤੀ ਵੀ ਇਹਦੇ ਮਾਂ ਪਿਓ ਸਾਨੂੰ ਕੁੱਟ ਕੇ ਗਏ ਆ ਜੀ। ਹਾਂਜੀ, ਇਹਨਾਂ ਨੇ, ਸੱਸ ਸਹੁਰੇ ਨੇ ਮੇਰੇ, ਉੱਥੇ ਨਾ ਥਾਣੇ ਵਾਲਿਆਂ ਨੇ ਸਾਨੂੰ ਬੁਲਾਇਆ, ਕਹਿੰਦੇ ਕੀ ਗੱਲਬਾਤ ਹੋਈ ਆ, ਥਾਣੇ 'ਤੇ ਕੰਪਲੇਂਟ ਕੋਈ ਹੈ ਹੀ ਨਹੀਂ ਸੀ, ਪੰਚਾਇਤ ਵਿੱਚ ਇਹਨਾਂ ਨੇ ਸਾਡਾ ਰਾਜ਼ੀਨਾਮਾ ਕਰਾਇਆ। ਜਿਹੜਾ ਥਾਣੇ ਵਾਲਾ ਸੀ ਉਹ ਮੇਰੇ ਸਹੁਰੇ ਦਾ ਕੋਈ ਯਾਰ ਦੋਸਤ ਸੀ, ਜਿਹੜਾ ਵਿੱਚ ਬੈਠਾ ਸੀ, ਮਨਜੀਤ ਸਿੰਘ ਨਾਂ ਉਹਦਾ ਬੰਦੇ ਦਾ, ਉੱਥੋਂ ਦੇ ਜਿਹੜੇ ਚੌਂਕੀ ਸੀ, ਉਹਨਾਂ ਨੇ ਨਾ ਇਹਨਾਂ ਨੂੰ ਬੁਲਾਇਆ ਸਾਰਿਆਂ ਨੂੰ, ਆਪਾਂ ਇਕੱਠੇ ਚੱਲ ਗਏ, ਕੁੜੀ ਉੱਥੇ ਚੁਕਾਈ, ਆਹ ਜਿਹੜਾ ਰਾਜ਼ੀਨਾਮਾ ਹੋਇਆ ਇਹ ਆ, ਉਹ ਉੱਥੇ ਹੋਇਆ ਇਹ ਰਾਜ਼ੀਨਾਮਾ, ਉੱਥੇ ਇਹ ਰਾਜ਼ੀਨਾਮਾ ਥਾਣੇ 'ਚ ਹੋਇਆ ਸੀ ਜੀ, ਥਾਣੇ 'ਚ ਨਹੀਂ, ਪੰਚਾਇਤ ਦੇ ਬੰਦੇ ਬੈਠੇ, ਪੰਚਾਇਤ ਦੇ ਵਿੱਚ, ਹਾਂ, ਸਿਰਫ ਆ ਸਾਰੇ ਪੰਚਾਇਤ ਦੇ ਸਾਈਨ ਆ। ਅਤੇ ਆਪਾਂ ਹੁਣ ਕੋਰਟ 'ਚ ਦਿਖਾਇਆ, ਉਹ ਕਹਿੰਦੇ ਸਿਰਫ ਪੰਚਾਇਤੀ ਫੈਸਲਾ ਵਾ, ਤੁਹਾਨੂੰ ਉਹਨਾਂ ਨੇ ਮਤਲਬ ਵਕੀਲ ਨੇ ਕਿਹਾ ਬੇਵਕੂਫ ਬਣਾਇਆ ਵੀ ਥਾਣੇ 'ਚ ਹੋਇਆ, ਥਾਣੇ 'ਚ ਨਹੀਂ ਹੋਇਆ, ਇਹ ਤੁਹਾਡਾ ਪੰਚਾਇਤੀ ਫੈਸਲਾ ਹੋਇਆ। ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ, ਕਹਿੰਦੇ ਤੈਨੂੰ 1 ਹਫ਼ਤੇ ਬਾਅਦ ਲੈਣ ਆਊਗਾ, ਕਿਰਾਏ 'ਤੇ ਮਨਾ ਲਿਆ, ਕੁੜੀ ਨੂੰ ਬੁਖਾਰ ਬੜਾ ਸੀ ਜਾਂ ਜਿੱਦਾਂ ਵੀ ਲਾ ਲਓ, ਮਮਤਾ ਵਾ ਮੇਰੀ, ਇੱਕ ਮਾਂ ਵਾ ਮੈਂ ਕਿਹਾ ਮੰਮੀ ਮੈਂ ਕੁੜੀ ਲੈ ਕੇ ਚੱਲੀ, ਕਹਿੰਦੇ ਤੂੰ ਕੁੜੀ ਲੈ ਜਾ ਆਪਣੀ, ਤੈਨੂੰ 1 ਹਫ਼ਤੇ ਬਾਅਦ ਲੈਣ ਆਉ। ਇਹ ਤਾਂ ਮੰਨਦੇ ਹੀ ਨਹੀਂ ਸੀ, ਉਹਨਾਂ ਨੇ ਬੜੇ ਸਾਰੇ ਜਣਿਆਂ ਨੇ ਉੱਥੇ ਬੜਾ ਸਮਝਾਇਆ ਕਿ ਤੁਸੀਂ ਘਰ ਵਸਾਓ, ਪਾਪਾ ਵੀ ਰੋਣ ਲੱਗ ਪਏ ਸਾਰੇ ਜਣੇ, ਚਲੋ ਵੀ ਇੱਥੇ ਆਪਾਂ ਆ ਗਏ, ਮੇਰਾ ਸਮਾਨ ਸਮੂਨ ਇਹਨਾਂ ਨੇ ਪੈਕ ਕੀਤਾ, ਆਂਟੀ ਸਾਡੇ ਨਾਲ ਦੇ ਸਾਰੇ ਇੱਧਰੋਂ ਗੁਆਂਢੀ ਵੀ ਗਏ ਆ, ਉਹਨਾਂ ਨੇ ਸਮਾਨ ਸਮੂਨ ਦਾ ਪੈਕ ਕਰਕੇ ਆਪਾਂ ਇੱਥੇ ਆ ਗਏ। 1 ਹਫ਼ਤੇ ਬਾਅਦ ਆਂਟੀ ਨੇ ਫੋਨ ਕੀਤਾ ਵੀ ਤੁਹਾਡਾ ਮੁੰਡਾ ਜਿਹੜੇ ਵਿੱਚ ਪਏ ਸੀ ਇੱਧਰੋਂ ਸਾਡੇ, ਉਹ ਕਹਿੰਦੇ ਤੁਹਾਡਾ ਮੁੰਡਾ ਨਹੀਂ ਆਇਆ ਲੈਣ ਵਾਸਤੇ, ਕਹਿੰਦੇ ਸਾਨੂੰ ਨਹੀਂ ਪਤਾ ਮੁੰਡਾ ਕਿੱਥੇ ਚਲ ਗਿਆ। ਉਸ ਤੋਂ ਬਾਅਦ ਆਹ ਗੱਲਬਾਤ ਹੋਈ ਹੈ, ਮੁੰਡਾ ਦੇਖੋ ਰਾਜ਼ੀਨਾਮਾ ਹੋ ਗਿਆ, ਸਭ ਕੁਝ ਹੋ ਗਿਆ, ਜਿਸ ਦਿਨ ਤੁਹਾਨੂੰ ਲੈਣ ਆਉਂਦਾ ਉਹ ਵੀ ਜਿੱਦੇ ਤੁਹਾਡੇ ਨਾਲ ਇਕਰਾਰ ਸੀ, ਹਾਂਜੀ, ਉਸ ਦਿਨ ਗਾਇਬ ਹੋ ਜਾਂਦਾ, ਉਸ ਦਿਨ ਐਤਵਾਰ, ਉਸ ਦਿਨ ਇਸ ਕੁੜੀ ਦੇ ਘਰ ਵਾਲਾ ਗਾਇਬ ਹੁੰਦਾ, ਪੰਚਾਇਤੀ ਰਾਜ਼ੀਨਾਮਾ ਹੁੰਦਾ 1 ਸਤੰਬਰ 2019 'ਚ, 25-8 ਦਾ ਹੋਇਆ ਫੈਸਲਾ, 25-8 ਦਾ ਫੈਸਲਾ ਹੁੰਦਾ, 1 ਹਫ਼ਤੇ ਬਾਅਦ ਇਹ ਕੁੜੀ ਨੂੰ ਲੈਣ ਆਉਣਾ ਇਹਦੇ ਘਰ ਵਾਲੇ ਨੇ, ਤੇ ਜਿਸ ਦਿਨ ਲੈਣ ਆਉਣਾ ਉਸ ਦਿਨ ਇਹਦੇ ਘਰ ਵਾਲਾ 1 ਸਤੰਬਰ 2019 ਨੂੰ ਗਾਇਬ ਹੋ ਗਿਆ, ਤੇ ਇਹਦੀ ਸੱਸ ਸਹੁਰਾ ਇਹਨੂੰ ਫੋਨ ਕਰਕੇ ਕਹਿੰਦੇ ਵੀ ਉਹ ਤੈਨੂੰ ਲੈਣ ਆਇਆ ਸੀ ਤੇ ਰਸਤੇ ਤੇਰੇ ਕੋਲ ਆਇਆ ਤੇ ਉਹ ਗਾਇਬ ਹੋ ਗਿਆ। ਤੁਸੀਂ ਇਹਦੇ ਘਰ ਵਾਲੇ ਦੀ ਆਹ ਫੋਟੋ ਦੇਖ ਸਕਦੇ ਹੋ, ਨੇੜੇ ਕਰਕੇ ਦਿਖਾ ਦੇ, ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਇਹ ਇਹਦੇ ਘਰ ਵਾਲਾ ਮੁੰਡਾ, ਕੀ ਨਾਮ ਹੈ ਇਹਦਾ, ਗੁਰਜੀਤ ਸਿੰਘ ਪਾਸੀ, ਠੀਕ ਆ। ਆ ਇਹਨਾਂ ਨੇ ਜਿਹੜੀਆਂ ਅਖਬਾਰਾਂ ਦੇ ਵਿੱਚ ਜੋ ਵੀ ਖਬਰਾਂ ਲਵਾਈਆਂ, ਠੀਕ ਆ, ਵੀ ਇਹ ਗਾਇਬ ਹੋ ਗਿਆ, ਪਰ ਇਹ ਗਾਇਬ ਹੋਇਆ ਨਹੀਂ ਲੱਗਦਾ, ਜਿਹੜੇ ਹਿਸਾਬ ਨਾਲ ਇਹ ਕੁੜੀ ਦੀ ਦੁਰਦਿਸ਼ਾ ਕੀਤੀ ਗਈ ਜਾਂ ਜਿਹੜੇ ਹਿਸਾਬ ਨਾਲ ਸਾਰਾ ਮਾਮਲਾ ਕੇਸ ਸਾਹਮਣੇ ਆ ਰਿਹਾ, ਤੇ ਅੱਜ ਉਸ ਗੱਲ ਨੂੰ ਵੇਖ ਲਓ, 19 ਚ ਹੋਇਆ, 19, 20, 21, 22, 23, 5 ਸਾਲ ਦਾ ਸਮਾਂ ਹੋਣ ਵਾਲਾ, ਕੁੜੀ ਪੇਕੇ ਘਰ ਬੈਠੀ ਆ, ਘਰ ਵਾਲਾ ਨਹੀਂ ਲੱਭ ਰਿਹਾ। ਅੱਛਾ, ਜਦੋਂ ਤੁਹਾਡੇ ਕੋਲੋਂ ਉਹਨਾਂ ਨੇ ਕਿਹਾ ਵੀ ਤੁਹਾਡੇ ਕੋਲ ਭੇਜਿਆ ਸੀ, ਗਾਇਬ ਹੋ ਗਿਆ, ਕੀ ਤੁਹਾਡੇ ਸਹੁਰੇ ਪਰਿਵਾਰ ਨੇ ਤੁਹਾਡੇ ਤੇ ਕੰਪਲੇਂਟ ਨਹੀਂ ਕੀਤੀ? ਮੈਂ ਗਿਆ ਸੀ ਮੰਮਾ ਨੂੰ, ਮੈਂ ਕਿਹਾ ਤੁਸੀਂ ਮੰਮਾ, ਜੇ ਤੁਹਾਨੂੰ ਲੱਗਦਾ ਵਾ ਕਿ ਮੇਰੇ ਹਸਬੈਂਡ ਗਏ ਇਸੇ ਬਹਾਨੇ ਲੱਭ ਜਾਣਗੇ, ਤੁਸੀਂ ਕੰਪਲੇਂਟ ਕਰ ਦਿਓ ਮੇਰੇ ਖਿਲਾਫ, ਕਹਿੰਦੇ ਅਸੀਂ ਲੱਭਣਾ ਨਹੀਂ ਗਾ, ਅਸੀਂ ਬੇਦਖਲ ਕੀਤਾ, ਉਹਨਾਂ ਦੀ ਵਰਡਿੰਗ ਅੱਗੋਂ ਆ ਇਹ ਗੱਲ ਕਹਿੰਦੇ ਆ। ਹਾਂਜੀ, ਸੱਸ ਸਹੁਰੇ ਦੀ ਇਹ ਗੱਲ ਕਹਿਣੀ ਹੈ ਕਿ ਉਹ ਬੇਦਖਲ ਕੀਤਾ ਹੋਇਆ ਸੀ, ਕਿ 5 ਸਾਲਾਂ 'ਚ ਉਹਨਾਂ ਨੇ ਕਿਸੇ ਥਾਣੇ ਦੇ ਵਿੱਚ, ਕਿਸੇ ਅਖਬਾਰ ਦੇ ਵਿੱਚ, ਕਿਸੇ ਚੈਨਲ 'ਤੇ ਕੋਈ ਰਿਪੋਰਟ ਦਿੱਤੀ ਜਵਾਕ ਦੀ? ਕਿਤੇ ਨਹੀਂ, ਉਲਟਾ ਮੇਰੇ 'ਤੇ ਕੇਸ ਪਾ ਦਿੱਤਾ ਸੀ ਕਿ ਇਹਨੂੰ ਘਰੋਂ ਬਾਹਰ ਕੱਢਿਆ ਜਾਵੇ, ਤਰਨ ਤਾਰਨ ਉੱਥੇ ਕੋਰਟ ਦੇ ਵਿੱਚ, ਮੇਰੇ ਪਾਪਾ ਦੇ, ਮੇਰੇ ਸਾਰਿਆਂ ਦੇ ਖਿਲਾਫ। ਬਾਅਦ 'ਚੋਂ ਕੀ ਉਹ ਜਦੋਂ ਇੱਥੇ FIR ਹੋ ਗਈ, ਆਪੇ ਵਾਪਸ ਲੈ ਲਿਆ ਉਹਨਾਂ ਨੇ। ਹਾਂਜੀ, ਉਹਨਾਂ ਨੇ ਆਪੇ ਵਾਪਸ ਲੈ ਲਿਆ, ਉਹਨਾਂ ਨੇ ਕਿਹਾ ਸੀ ਐਵੀਡੈਂਸ ਦਿਖਾਓ ਕੋਰਟ 'ਚ, ਜੱਜ ਨੇ, ਸਾਡੇ ਵਕੀਲ ਨੇ ਵੀ ਕਿਹਾ ਸੀ ਜੇ ਇਹਨਾਂ ਨੇ ਤੁਹਾਨੂੰ ਮਾਰਿਆ ਕੁੱਟਿਆ, ਫਿਰ ਬਾਅਦ 'ਚ ਉਹਨਾਂ ਨੇ ਆਪੇ ਵਾਪਸ। ਤੁਸੀਂ ਉਹਨੇ ਅਖਬਾਰਾਂ ਦੇ ਵਿੱਚ ਖਬਰਾਂ ਦਿੱਤੀਆਂ ਜਾਂ ਤੁਸੀਂ ਥਾਣੇ ਦੇ ਵਿੱਚ ਕੋਈ ਕੰਪਲੇਂਟ ਲਿਖਾਈ, FIR ਲਿਖਾਈ ਵੀ ਉਹ ਗਵਾਚ ਗਿਆ, ਕੁਛ ਪਤਾ ਨਹੀਂ ਲੱਗਿਆ ਅੱਜ ਤਾਈਂ? ਨਹੀਂ ਸਰ, ਪੁਲਿਸ ਵਾਲਿਆਂ ਨੂੰ ਮੈਂ ਪੁੱਛਦੀ, ਉਹ ਕਹਿੰਦੇ ਲੱਭਦੇ ਪਏ ਅੱਜ ਤੱਕ, ਈਵਨ ਕਿ ਉਹਨਾਂ ਨੇ ਆਧਾਰ ਕਾਰਡ ਵੀ ਨਹੀਂ ਲੱਭਿਆ, ਮੈਂ ਹੀ ਉਹਦਾ ਆਧਾਰ ਕਾਰਡ ਬੈਂਕ ਦੀ ਸਟੇਟਮੈਂਟ ਤੋਂ ਕਢਵਾ ਕੇ ਆਧਾਰ ਕਾਰਡ ਨੰਬਰ ਤੱਕ ਦੇ ਕੇ ਆਈ ਉਹਨਾਂ ਨੂੰ। 5 ਸਾਲਾਂ ਦੇ ਵਿੱਚ ਤੁਹਾਡੀ ਵਿਚੋਲਣ ਜਾਂ ਕੋਈ ਰਿਸ਼ਤੇਦਾਰ ਜਾਂ ਮੁੰਡੇ ਦੇ ਰਿਸ਼ਤੇਦਾਰਾਂ ਨੇ ਕਦੇ ਕੋਈ ਐਡਰੈਸ ਦੱਸਿਆ ਵੀ ਇੱਥੇ ਬੈਠਾ ਜਾਂ ਕੋਈ ਕਦੇ ਪਤਾ ਲੱਗਿਆ ਹੋਵੇ? ਮੁੰਡੇ ਦੇ ਰਿਸ਼ਤੇਦਾਰ ਇਹੀ ਕਹਿੰਦੇ ਆ ਕਿ ਇਹਨਾਂ ਨੂੰ ਪਤਾ ਹੈਗਾ ਕਿੱਥੇ ਆ, ਇਹ ਸਾਰੇ ਰਿਸ਼ਤੇਦਾਰ ਜਿਨ੍ਹਾਂ ਨਾਲ ਵੀ ਮੈਂ ਗੱਲ ਕਰਦੀ ਹਾਂ ਕਹਿੰਦੇ ਇਹਨਾਂ ਨੂੰ ਪਤਾ ਵਾ, ਇਹਨਾਂ 'ਤੇ ਤੂੰ ਬੂਹੇ 'ਤੇ ਜਾ ਕੇ ਬਹਿ ਜਾਓ, ਉਹ ਅੱਗੋਂ ਇੱਦਾਂ ਕਹਿ ਦਿੰਦੇ ਆ। ਵੇਖੋ, ਇਹ ਗੱਲ ਤਾਂ ਹੁੰਦੀ ਆ, ਆਖਿਰਕਾਰ ਮੈਂ ਕਹਿੰਦਾ ਵੀ ਉਹ ਇੱਕ ਗੱਲ ਕਹਿੰਦੇ ਹੁੰਦੇ ਆ ਵੀ ਜਵਾਕ ਜਿੱਦਾਂ ਮਰਜ਼ੀ ਔਗਣਾਂ ਦਾ ਭਰਿਆ ਹੋਵੇ, ਜਿੱਦਾਂ ਮਰਜ਼ੀ ਲੱਥ ਹੋਵੇ, ਪਰ ਕਦੇ ਮਾਂ ਨੂੰ ਜਾ ਕੇ ਪੁੱਛੋ, ਉਹ ਇਹ ਸ਼ਬਦ ਕਹੂਗੀ ਅੱਗਿਓਂ ਕਿ ਨਹੀਂ ਹੁਣ ਮੇਰਾ ਪੁੱਤ ਠੀਕ ਆ, ਹੁਣ ਉਹ ਆਦਤਾਂ ਛੱਡਤੀਆਂ। ਇਹ ਗੱਲ ਮਾਂ ਪਿਓ ਕਹਿੰਦਾ ਹੁੰਦਾ, ਕਿਉਂਕਿ ਹੁਣ ਭੈਣ ਦੇ ਇੱਕ ਬੱਚੀ ਹੈ, ਇਹਨੂੰ ਮਮਤਾ ਦਾ ਪਤਾ, ਇਹਨੂੰ ਢਿੱਡ ਦੀ ਅੱਗ ਦਾ ਪਤਾ, ਮਾਂ ਪਿਓ ਇਹ ਗੱਲ ਕਹਿੰਦਾ ਹੁੰਦਾ, ਤੇ 5 ਸਾਲਾਂ 'ਚ ਇਹਦੇ ਸਹੁਰੇ ਪਰਿਵਾਰ ਵੱਲੋਂ ਉਹਨਾਂ ਦਾ ਪੁੱਤ ਗਵਾਚ, ਜੇ ਕਿਤੇ ਕੋਈ ਕਿਸੇ ਮੀਡੀਆ 'ਚ ਖਬਰ ਨਹੀਂ, ਕਿਸੇ
पक्ष सुणांगे सहुरे परिवार का जे वह रखना चाहणगे, क्योंकि जिन्नियां भी मसले तुहाडे सामने लैके आउणा पक्ष मैं दोनों तुहाडे सामने लैके आउण दी कोशिश करदा, पर कई बार दूसरा पक्ष सामने आउण दो इनकार कर दिंदा। एक कुड़ी खड़ी आ अमृतसर का, यह मामला मैं इत्थे पहुंचांगा, नंबरे गुड़िया का मैं थले पाऊंगा, किसी ने भी ये गल करनी मदद करनी, क्योंकि तुसी बहुत सारे वीर मसले तो बाद मैनू भी कॉल करदे हो, परिवार नू भी कॉल। ये गल आपां पहलां हर वीडियो च मैं कहना हुंदा, जे लड़के वालां दा कसूर आ, यह मुंडे दा कसूर आ सहुरे परिवार दा, ते सज़ा सख्त मिलनी चाहीदी आ। दाज पहलां मंगिया जांदा हुंदा ब्याह चों, बाद दे विच अपराध हुंदा, गुनाह हुंदा बाद दे विच, ते जे कुड़ी च गलती निकलदी आ ते इहनूं सज़ा मिल जे। इह वी गल मैं नाल कहिंदा, कुड़ी दा कसूर निकलदा ना किते, इहनूं सज़ा मिल जे। पर तुसीं वेख्यो, मैं तुहानूं तस्वीरां विखाऊं, मैं हैरान होया, तुसीं आ विआह वालियां तस्वीरां वेखो कुड़ी दीआं, कुड़ी दा जिहड़ी सेहत की सी, ते पंज सालां दे विच जिहड़ी इह दुख भोग रही आ, वेख लो विचारी रो रही आ, तरस दी गल आ यार। वीडियो नूं शेयर करिओ, इन्नी दुखी आ। मैं बहुत सारे मामले करन जांदा, मैनूं हर वार इहीं लगदा हुंदा, मैं जिथे भी कोई इदां दा दुखी मसला करदा वी इस तों वध दुखी कोई नहीं होना, पर जदों मैं अगले किसे घरे इदां दा मामला सुणन जांदा ते मेरा मन बहुत दुखी हुंदा वी की कुछ रह गया साडे पल्ले, इंसानियत मर गई, कोई साडे प्रशासन की नहीं सुनवाई, कोई साडे कानून की गल नहीं किते हो रही, तगड़ा माड़े नूं खा रहा, घरां दे घर उजड़ रहे, तलाक वल वध रहे, अंदर की सहनशीलता साडे खत्म आ, इंसानियत। सस सहुरे नूं चाहीदा सी, क्योंकि अज बहुतात गिनती च गल्लां निकलदियां, जिहड़े वड्डे ने ओह कसूरवार निकलदे आ रहे ने। असीं चाहुंदे मां प्यो दी सेवा होवे, मां प्यो नूं सांभिया जावे, कुड़ियां सस सहुरे नूं सांभण, अपना मां प्यो मन्नण, पर इहे जे सस सहुरे नूं तुसीं की कहोगे, की कहोगे कि कुड़ी दा की कसूर आ, निक्की जी बच्ची आ, 5 साल दी होगी, अज बच्चा 2.5 साल दा स्कूल लगदा, 5 साल दी होगी बेचारी स्कूल भी नहीं लगी, कौन जिम्मेवार आ? इहदी जिंदगी बर्बाद हुई है, इहदी भी जिंदगी नाल बर्बाद करी पई आ, क्योंकि असीं कह दिंदे आ धीआं बगाना धान ने, बगाने घर दे विच जाणा, ते दसो बच्ची ते की इफेक्ट पैंदा, की सिखूगी? जिथे रह रहे आ तुसीं वेख रहे हो, इस मकान दे विच रहे, सचमुच इहनां कोले इक रूम आ, इंसाफ दवाउणा चाहीदा। इह कुड़ी दुखी आ, मां प्यो किन्ना दुखी होगा, नित रो के सौं जांदे आ, नित इस आसरे नाल उठदे, इक आस दे नाल कि गुरजीत सिंह लभ लूगा, लभ्या जाऊगा, पर गवाचिया नहीं, लभ्या जाऊगा, किसी ना किसी दिन कुड़ी नूं लैण आओ। तुसीं वेखो सबर, वेखो कुड़ी दा, कोई कंपलेट नहीं की घर वाले के खिलाफ, कोई कुछ नहीं किया भी शायद मेरा घर वास्ते, कुट भी झल ली शरीर ते, तशद्दुद भी झल ले, पर हजे भी वड्डी आस आ। शेयर करो इंसाफ, एक कुड़ी नूं मिलना चाहना। हाँ जी, एक गल होर रखना चाहनी हाँ, मेरे सास सहुरिआं नूं मैं कहा जे तुहाडा मुंडा सच्ची मुची गया वा, तो तुसीं उहदी परछाई अपनी अच्छ देख दे पोतरी च, अगों इन्ना भी बिल्कुल प्यार नहीं हैगा सहुरिआं दे नाल, मेरी बेटी दे नाल बिल्कुल प्यार नहीं करदे। मैनूं अगों कहिंदे तेरी लव मैरिज होई, जे लव होई हुंदी मैनूं कहिण च शर्म भी नहीं सी कोई, कराउंदे ही आ सारे कराउंदे आ, पर जदों मेरी लव होई नहीं, मेरी रेंज होई, तां मैं किवें कह दां? उह सिर्फ अपने आप नूं बचाउण वास्ते कह रहे आ वी इहदी लव मैरिज होई आ, आप विच्चों निकलदे पए आ। दसो, चलो जे लव भी हो गई तो फिर तुसीं इहनां नाल इह किहड़ा वर्तारा कर रहे हो? इह तां तुसीं विआह तों पहलां वेखणा सी वी इह गड्डी देण जोगे है, मोटरसाइकिल देण जोगे आ जां नहीं देण, क्योंकि गल्लां कुड़ी ने जो कहियां ने आ, जिन्ने कु प्रूफ है इस विचारी कोले, पर अज वी इह ऐस आपदे घर वाले की आस च बैठी है भी शायद ये लभ जाए। हुण देखो गल तो इत्थे आ गई, पर मैं एक गल कहना, आखिर जदों इस कुड़ी नूं लैण आया हो आपदे घर वाली नूं, मोबाइल तो उहदे कोले होगा, लोकेशन ते किते जाके मुक्की होगी। एक गल होर दसना जी सर, इहदी लोकेशन मेरे को हैगी है, लास्ट टाइम दी इहदी लोकेशन तरनतारन दे विच पीसी स्कूल हैगा, उहदे लागे बंद होया फोन इहदा, इह मैं सहुरिआं नूं भेजी सी कि तुसीं कहिंदे हो मैं इत्थों लै गया, फिर उहदी लोकेशन उत्थों को फोन बंद होया, मतलब एक प्री प्लानिंग नाल चले आ, एक प्लैन के मुताबिक चल रहा जिहड़ा पहलां भी इन्हां दी इंटरव्यू जिहड़ी होई आ जी। पर इस कुड़ी नूं इंसाफ मिलना चाहिए, वीडियो नूं दब के शेयर करियो ठीक आ, ते तां कि इहदे नाल विचारी नाल इन्ना वड्डा धक्का होया, बहुत दुख होया इस गल दा यार, बहुत आ। पिछे जे मामला पा के हटिया मैं हमद पिंड तों फिरोजपुर तों, उस तों भी किते ज़्यादा दुखी आ, बहुत वड्डा दुखांत है साडे पंजाब दा, कौन जिम्मेवार होगा, किधर नूं जा रहे हैं, कोई रिश्ते नाते सब कुछ खत्म, पुत किहो जिहा इंसाफ चाहुणी आ तूं? सर मैं इंसाफ यही चाहनी हाँ, वह मेरे ना सामने आवे, जे मेरी गलती आ मैनू दसे कि मैं अज तक की गलत किया, मैनू क्यों छड के गया, वो अपने बच्चे तो क्यों मोह मोड़िया, उन्हें सास सहुरे ने जे सच्ची मुच गया हुंदा ते मैनू धी बना के नहीं रख सकते सी, वो धी बना के रख सकते ही ना, उन्होंने तो इस तों भी मोह मोड़ लिया अपनी पोतरी तो भी,
ਇਹਨੂੰ ਕਹਿੰਦੇ ਜਿੱਥੇ ਮਰਜ਼ੀ ਸੁੱਟ ਸਾਡੀ ਕੋਲ। ਮੈਂ ਜਦੋਂ ਕਹਿੰਦੀ ਕਿ ਮੰਮੀ ਸਕੂਲ ਪੜ੍ਹਾਉਣਾ ਹੈ ਇਹਨੂੰ, ਕਹਿੰਦੀ ਸਾਡੇ ਕੋਲ ਤੂੰ ਪੈਸਿਆਂ ਦੀ ਆਸ ਰੱਖਦੀ ਆ, ਦੱਸੋ ਉਹਨਾਂ ਦਾ ਬੱਚਾ ਤਾਂ ਮੇਰੀ ਜ਼ਿੰਮੇਵਾਰੀ ਸੀ ਆ। ਅੱਛਾ ਐਂ ਦੱਸ ਗੁੜੀਆ, ਕਦੇ ਇਹਦੀ ਪਾਪੇ ਨਾਲ 5 ਸਾਲਾਂ 'ਚ ਕਿਤੇ ਗੱਲ ਹੋਈ ਆ? ਨਾ ਕਦੀ ਵੀ ਨਹੀਂ ਕੋਈ, ਮੈਂ ਤਾਂ ਇੱਕ ਆਸ 'ਚ ਸੀ ਪਹਿਲਾਂ ਬਰਥਡੇ ਸੀ, ਇੰਨੀ ਆਸ 'ਚ ਕਿ ਅੱਜ ਤਾਂ ਫੋਨ ਕਰੂਗਾ ਨਾ ਉਹ, ਪਰ ਨਾ। ਕੋਈ ਇਹਦਾ ਦਾਦਾ ਦਾਦੀ ਜਮ੍ਹਾਂ ਗੱਲ ਨਹੀਂ ਕਰਦੇ? ਮੈਂ ਲੈ ਕੇ ਵੀ ਗਈ ਕੋਰਟ 'ਚ ਇਸੇ ਕਰਕੇ ਕਿ ਇਹਨਾਂ ਦਾ ਮਨ ਪਿਘਲ ਜੂਗਾ, ਬੁਲਾਉਂਦੇ ਹੀ ਨਹੀਂ ਇਹਨੂੰ। ਸ਼ਬਦ ਹੀ ਹੈ ਨਹੀਂ ਕੀ ਕਹਾਂਗੇ, ਕਿਹੋ ਜਿਹਾ ਦਿਖਾਂਤ। ਪਰ ਯਾਰ ਕੋਸ਼ਿਸ਼ ਕਰਿਓ ਇਹਨੂੰ ਵਿਚਾਰੀ ਨੂੰ ਇਨਸਾਫ ਮਿਲੇ, ਵੱਡੀ ਗੱਲ ਆ, ਬਹੁਤ ਬਹੁਤ ਵੱਡਾ ਦੁੱਖ ਆ ਜਿਹੜੇ ਸਾਹਮਣੇ ਇੰਨਾ ਰੋ ਰੋ ਕੇ ਦੱਸ ਰਹੀ ਆ। ਸੱਚ ਹੀ ਆ, ਸਭ ਕੁਛ ਤੁਹਾਡੇ ਸਾਹਮਣੇ ਆ, ਪਰ ਮੈਂ ਕੋਸ਼ਿਸ਼ ਕਰ ਲੂੰਗਾ ਇੱਕ ਵਾਰ ਜੇ ਉਹਨਾਂ ਨੇ ਪੱਖ ਰੱਖਣਾ ਹੋਇਆ। ਪਰ ਮੈਨੂੰ ਲੱਗਦਾ ਨਹੀਂ ਜਿਹੜੇ ਸਾਹਮਣੇ ਇਹਦੇ ਜਵਾਕੜੀ ਦੇ ਹਾਲਾਤ ਕੀਤੇ ਪਏ ਆ। ਵੀਡੀਓ ਨੂੰ ਸ਼ੇਅਰ ਕਰਿਓ, ਜੁੜੇ ਰਹੋ ਮੇਰੇ ਨਾਲ। ਜਸਕਰਨ ਸਿੰਘ ਮਲੂਕਾ, ਧੰਨਵਾਦ।